ਆਈਏ ਜੱਗਾਂ ਦੇ ਪੀਰ ਫਰਮਾਉਂਦੇ ਨੇ, ਇਜ਼ਮਾਨੂਲੀ ਸਿੱਤਨ ਮਿਨ ਅਨਫੁਸਿਕੁਮ ਅਜ਼ਮਾਨੁਲਕੁਮੁਲ ਜੰਨਾ, ਜਿਹੜਾ ਮੈਨੂੰ 6 ਚੀਜ਼ਾਂ ਦੀ ਜ਼ਮਾਨਤ ਦਿੰਦਾ ਮੈਂ ਮੁਹੰਮਦ ਉਹਨੂੰ ਜੰਨਤ ਦੀ ਜ਼ਮਾਨਤ ਦੇ ਦੇਣਾ ਵਾ। ਕਿੰਨੀਆਂ ਚੀਜ਼ਾਂ ਬੋਲੋ? 6 ਚੀਜ਼ਾਂ ਦੀ ਜ਼ਮਾਨਤ ਦਿੰਦਾ ਮੈਂ ਮੁਹੰਮਦ ਉਹਨੂੰ ਜੰਨਤ ਦੀ ਜ਼ਮਾਨਤ ਦੇ ਦੇਣਾ ਵਾ। ਆਈਏ ਉਹ 6 ਚੀਜ਼ਾਂ ਕਿਹੜੀਆਂ ਨੇ, ਜ਼ਰਾ ਗੌਰ ਕੀਜੀਏ ਤਵੱਜੋ ਮੇਰੇ ਵੱਲ। ਪਹਿਲੀ ਗੱਲ ਫਰਮਾਇਆ ਉਸ ਦੋਫੂ ਇਜ਼ਾ ਹੱਦ ਦਸ ਤੁਮ, ਗੱਲ ਫਿਰ ਉੱਥੇ ਹੀ ਆ ਗਈ। ਅਗਰ ਉਹ ਜ਼ਮਾਨਤ ਦਿੰਦਾ ਮੈਂ ਕਦੀ ਝੂਠ ਨਹੀਂ ਬੋਲਿਆ, ਜਦੋਂ ਗੱਲ ਕਰਦਾ ਉਹ ਸੱਚ ਬੋਲਦਾ। ਪਹਿਲੀ ਗੱਲ ਨਬੀ ਪਾਕ ਨੇ ਫਰਮਾਇਆ 6 ਗੱਲਾਂ ਦੀ ਜ਼ਮਾਨਤ ਤੁਸੀਂ ਦੇ ਦਿਓ ਤੇ ਜੰਨਤ ਦੀ ਜ਼ਮਾਨਤ। ਪਹਿਲੀ ਗੱਲ ਜਦੋਂ ਝੂਠ ਜਦੋਂ ਗੱਲ ਕਰਦਾ ਉਹ ਸੱਚ ਬੋਲਦਾ, ਵਾਉਫੂ ਇਜ਼ਾ ਵਅਤਮ ਜਦੋਂ ਵਾਦਾ ਕਰਦਾ ਉਹ ਪੂਰਾ ਕਰਦਾ। ਫਰਮਾਇਆ ਵਅਦੂ ਇਜ਼ਾ ਉਤਮਿੰਤਮ ਜਦੋਂ ਅਮਾਨਤ ਉਹਦੇ ਕੋਲ ਰੱਖੀ ਜਾਂਦੀ ਹੈ ਉਹ ਅਮਾਨਤ ਵਾਪਸ ਕਰ ਦਿੰਦਾ। ਵਫਜ਼ੂ ਫਰੂਜਕੁਮ ਜਿਹੜਾ ਆਪਣੀ ਸ਼ਰਮਗਾਹ ਦੀ ਹਿਫਾਜ਼ਤ ਕਰਦਾ। ਵਅਜ਼ੂ ਅਬਸਾਰਕੁਮ ਉਹ ਜ਼ਮੀਨ ਤੇ ਚੱਲਦਾ ਤੇ ਆਪਣੀਆਂ ਨਿਗਾਹਾਂ ਨੂੰ ਨੀਵੀਆਂ ਕਰਕੇ ਚੱਲਦਾ। ਵਕੁਫੂ ਅਈਦੀਯਕੁਮ ਕਿਸੇ ਮੁਸਲਮਾਨ ਮੂਮਨ ਨੂੰ ਆਪਣੇ ਹੱਥ ਦੇ ਨਾਲ ਤਕਲੀਫ ਨਹੀਂ ਦਿੰਦਾ। ਇਹ 6 ਗੱਲਾਂ ਦੀ ਜ਼ਮਾਨਤ ਤੁਸੀਂ ਦੇ ਦਿਓ ਤੁਹਾਡੀ ਜੰਨਤ ਦਾ ਜ਼ਾਮਨ ਮੈਂ ਮੁਹੰਮਦ ਬਣ ਜਾਣਾ। ਹੁਣ ਇਹ ਮੁਆਸ਼ਰੇ ਵਾਸਤੇ 6ਵੇਂ ਚੀਜ਼ਾਂ ਹੀ ਸੋਣਾ ਨੇ, ਬੋਲਦੇ ਨਹੀਂ। ਮਸਲ ਜਦੋਂ ਗੱਲ ਕਰਨੀ ਹੈ ਸੱਚ ਬੋਲੋ, ਜਦੋਂ ਵਾਅਦਾ ਕਰਨਾ ਉਹਨੂੰ ਬੋਲੋ, ਵਾਅਦਾ ਕਰਨਾ ਤੇ ਪੂਰਾ ਜਾਂ ਤੇ ਵਾਅਦਾ ਕਰੋ ਨਾ ਜੇ ਕਰਨਾ ਤੇ। ਉਹ ਸਿਆਣੇ ਦੇ ਨਾਲ ਉਹ ਕਹਿੰਦੇ ਨੇ ਪਹਿਲੇ ਤੋਲੋ ਫਿਰ ਬੋਲੋ, ਬੋਲਣ ਤੋਂ ਪਹਿਲੇ ਵੇਖੋ ਕਿ ਇਹ ਜਿਹੜੀ ਮੈਂ ਗੱਲ ਕਰਨ ਲੱਗਾ ਇਹਦੇ ਤੇ ਮੈਂ ਪਹਿਰਾ ਦੇ ਸਕਣਾ। ਫਰਮਾਇਆ ਜਦੋਂ ਅਮਾਨਤ ਰੱਖੀ ਜਾਏ ਤੇ ਉਸ ਅਮਾਨਤ ਦੀ ਖਿਆਨਤ, ਇੱਕ ਬੰਦੇ ਨੇ ਪੈਸੇ ਦਿੱਤੇ ਨੇ ਵੀ 50,000 ਰੁਪਏ ਮੇਰਾ ਅਮਾਨਤ ਰੱਖ ਲੈ, ਉਹ ਆਂਦਾ ਠੀਕ ਹੈ ਯਾਰ ਇਹਨੇ ਦੇ ਛੱਡਿਆ ਮੈਂ ਕਿਤੇ ਲਾ ਲੈਣਾ, ਮੈਂ ਕਿਤੇ ਲਾ ਲੈਣਾ, ਉਹ ਪੈਸੇ ਲਾ ਲੈਂਦਾ, ਚਲੋ ਜਦੋਂ ਮੰਗੇਗਾ ਉਹਨੂੰ ਦੇ ਦਿਆਂਗੇ। ਲੇਕਿਨ ਉਹਨੇ ਉਹਦੇ ਕੋਲੋਂ ਨਹੀਂ ਪੁੱਛਿਆ ਵੀ ਤੇਰੇ ਪੈਸੇ ਮੈਂ ਲਾਣ ਲੱਗਾ ਤੇ ਮੈਂ ਲਾ ਲਵਾਂ, ਲੇਕਿਨ ਉਹਨੇ ਆਪਣੀ ਮਰਜ਼ੀ ਨਾਲ ਲਾ ਲਏ ਨੇ, ਜਦੋਂ ਉਹਨੇ ਮੰਗੇ ਨੇ ਉਹਨੇ ਦੇ ਛੱਡੇ ਨੇ। ਇਹ ਵੀ ਖਿਆਨਤ ਹੈ, ਇਹ ਖਿਆਨਤ ਹੈ, ਇਹ ਅਮਾਨਤ ਨਹੀਂ ਤੂੰ ਅਦਾ ਕੀਤੀ। ਅਮਾਨਤ ਉਹ ਹੀ ਹੈ ਜਿਹੜੇ ਨੋਟ ਉਹਨੇ ਤੈਨੂੰ ਦਿੱਤੇ ਨੇ ਉਹ ਹੀ ਨੋਟ ਉਹਨੂੰ ਵਾਪਸ ਕਰ ਜਿਹੜੇ ਉਹਨੇ ਫੜਾਏ ਨੇ। ਅਗਰ ਤੂੰ ਲਾਣੇ ਨੇ ਉਹਦੇ ਕੋਈ ਇਜਾਜ਼ਤ ਲੈ, ਇਹ ਨਹੀਂ ਕਿਸੇ ਦੀ ਚੀਜ਼ ਇਸਤੇਮਾਲ ਕਰ ਲਓ ਐਵੇਂ ਉਹਦੇ ਪੁੱਛਣ ਤੋਂ ਬਗੈਰ ਤੇ ਬਾਅਦ 'ਚ ਉਹਨੂੰ ਕਹੋ ਜੀ ਜਦੋਂ ਮੰਗੇਗਾ ਦੇ ਦਿਆਂਗੇ, ਇਹ ਵੀ ਖਿਆਨਤ ਜੇ। ਆਪਣੇ ਹੱਥ ਨਾਲ ਕਿਸੇ ਮੁਸਲਮਾਨ ਨੂੰ ਤਕਲੀਫ ਨਹੀਂ ਦੇਣੀ। ਨਬੀ ਪਾਕ ਫਰਮਾਉਂਦੇ ਨੇ ਮਨ ਸਾਲੇ ਮਲ ਮੁਸਲਿਮੂਨ ਮਿਲ ਲਿਸਾਨ ਹੀ ਵਯਾਦੇ ਹੀ, ਮੁਸਲਮਾਨ ਉਹ ਹੀ ਹੈ ਜਿਹੜਾ ਆਪਣੇ ਹੱਥ ਤੇ ਜ਼ਬਾਨ ਨਾਲ ਦੂਜੇ ਮੁਸਲਮਾਨ ਨੂੰ ਦੁੱਖ ਨਹੀਂ ਦਿੰਦਾ। ਉਹ ਮੁਸਲਮਾਨ ਨਹੀਂ ਜਿਹੜਾ ਆਪਣੇ ਹੱਥ ਨਾਲ ਵੀ ਤਕਲੀਫ ਦਿੰਦਾ ਜ਼ਬਾਨ ਨਾਲ ਵੀ ਦਿੰਦਾ। ਹਦੀਸ ਨੇ ਉਹਨੂੰ ਮੁਸਲਮਾਨ ਨਹੀਂ ਜੇ ਆਖਿਆ। ਆਈਏ ਮੈਂ ਅੱਗੇ ਚੱਲਾਂ, ਜੱਗਾਂ ਦੇ ਪੀਰ ਫਰਮਾਉਂਦੇ ਨੇ ਜਿਹੜਾ ਬੰਦਾ 4 ਚੀਜ਼ਾਂ ਦੀ ਜ਼ਮਾਨਤ ਦਿੰਦਾ, ਅਮਾਨਤ ਦੀ, ਹਿਫਾਜ਼ਤ ਦੀ, ਸੱਚੀ ਬਾਤ ਦੀ, ਔਰ ਉਸ ਤੋਂ ਬਾਅਦ ਅੱਛੀ ਆਦਤ ਦੀ ਤੇ ਪਕੀਜ਼ਾ ਖਾਣੇ ਦੀ, ਯਾਨੀ ਹਰ ਟਾਈਮ ਖਾਂਦਾ ਤੇ ਪਾਕ ਖਾਣਾ ਖਾਂਦਾ, ਹਰਾਮ ਨਹੀਂ ਖਾਂਦਾ ਹਲਾਲ ਖਾਂਦਾ, ਇਹਨੂੰ ਵੀ ਮੈਂ ਮੁਹੰਮਦ ਜੰਨਤ ਦੀ ਜ਼ਮਾਨਤ ਦੇਣਾ ਵਾਂ। ਆਈਏ ਜੱਗਾਂ ਦੇ ਪੀਰ ਫਰਮਾਉਂਦੇ ਨੇ ਜਿਹੜਾ ਮੈਨੂੰ
ਇਹਨਾਂ ਚੀਜ਼ਾਂ ਦੀ ਜ਼ਮਾਨਤ ਦਿੰਦਾ। ਮੈਂ ਅਤਕਬਲੀ ਬਿਵਾਹਿਦਤਿਨ ਅਤਕਬਲੁ ਲਹੁਲ ਜੰਨਾ। ਜਿਹੜਾ ਸ਼ਖਸ ਮੈਨੂੰ ਇਸ ਚੀਜ਼ ਦੀ ਜ਼ਮਾਨਤ ਦਿੰਦਾ, ਜਿਹੜਾ ਕਹਿੰਦਾ ਮੈਂ ਪੂਰੀ ਜ਼ਿੰਦਗੀ ਕਦੀ ਹਲ ਹਰਾਮ ਨਹੀਂ ਖਾਧਾ, ਮੈਂ ਪੂਰੀ ਜ਼ਿੰਦਗੀ ਕਦੀ ਬਦ ਅਖਲਾਕੀ ਕਿਸੇ ਨਾਲ ਨਹੀਂ ਕੀਤੀ, ਮੈਂ ਪੂਰੀ ਜ਼ਿੰਦਗੀ ਅਮਾਨਤ ਨੂੰ ਅਦਾ ਕੀਤਾ, ਖਿਆਨਤ ਨਹੀਂ ਕੀਤੀ, ਮੈਂ ਹਮੇਸ਼ਾ ਸੱਚੀ ਗੱਲ ਕੀਤੀ ਹੈ। ਆਕਾ ਫਰਮਾਉਂਦੇ ਨੇ ਚਾਰ ਚੀਜ਼ਾਂ ਦੀ ਜ਼ਮਾਨਤ ਤੁਸੀਂ ਦਿਓ, ਮੈਂ ਮੁਹੰਮਦ ਤੁਹਾਨੂੰ ਜੰਨਤ ਦੇ ਅੰਦਰ ਦਾਖਲੇ ਦੀ ਜ਼ਮਾਨਤ ਦੇ ਦੇਣਾ ਵਾ। ਤੇ ਬੀਬੀਓ ਤੁਸੀਂ ਵੀ ਸੁਣ ਲਓ, ਆਕਾ ਅਲੈਹਿ ਸਲਾਮ ਫਰਮਾਉਂਦੇ ਨੇ ਜਿਹੜੀ ਬੀਬੀ ਚਾਰ ਕੰਮ ਕਰਦੀ ਹੈ, ਸੱਲਤ ਖਮਸਾਹਾ ਪੰਜ ਨਮਾਜ਼ਾਂ ਪੜ੍ਹਦੀ ਹੈ, ਸਾਮਤ ਸ਼ਹਰਾਹਾ ਰਮਜ਼ਾਨ ਦੇ ਰੋਜ਼ੇ ਰੱਖਦੀ ਹੈ, ਜਿਹੜੀ ਬੀਬੀ ਅਤਾਤ ਬਾਲਹਾ ਆਪਣੇ ਸਿਰ ਦੇ ਸਾਈਂ ਦੀ ਖਿਦਮਤ ਕਰਦੀ ਹੈ, ਖਾਮਤ ਦੀ ਤਾਬਿਆਦਾਰੀ ਕਰਦੀ ਹੈ, ਆਸਨਤ ਫਰਜਾਹਾ ਜਿਹੜੇ ਆਪਣੀ ਜਿਸਮ ਦੀ ਹਿਫਾਜ਼ਤ ਕਰਦੀ ਹੈ। ਬੀਬੀ ਚਾਰ ਕੰਮ ਤੂੰ ਕਰਕੇ ਆ ਜਾ ਤੇ ਜੰਨਤ ਦੇ ਅੱਠਾਂ ਦਰਵਾਜ਼ਿਆਂ ਦੇ ਦਾਖਲੇ ਦੀ ਜ਼ਮਾਨਤ ਮੈਂ ਮੁਹੰਮਦ ਦੇ ਦੇਣਾ ਵਾ। ਇਸ ਵਾਸਤੇ ਮੈਂ ਬਾਅਦ ਮੁਕਾਵਾਂ, ਟਾਈਮ ਕੀ ਹੋਇਆ, ਕਿਤੇ ਟਾਈਮ ਪੀਸ ਨਾ ਲਾਸ਼ ਰਿਹਾ ਦੂਜੇ ਪਾਸੇ। ਬਸ ਆਖਰੀ ਗੱਲ ਸੁਣ ਲਓ, ਜੱਗਾਂ ਦੇ ਪੀਰ ਫਰਮਾਉਂਦੇ ਨੇ ਜਿਹੜਾ ਸ਼ਖਸ ਮੈਨੂੰ ਇਸ ਬਾਤ ਦੀ ਜ਼ਮਾਨਤ ਦਿੰਦਾ ਕਿ ਮੈਂ ਕਿਸੇ ਕੋਲੋਂ ਸਵਾਲ ਨਹੀਂ ਕਰਦਾ, ਆਹ ਵੇਖੋ ਨਾ, ਆਹ ਮੇਰੀ ਬੀਵੀ ਬਿਮਾਰ ਹੈ ਜੀ ਮੈਨੂੰ ਦਿਓ, ਮੇਰੀ ਫਲਾਣੀ ਬਿਮਾਰ ਹੈ ਮੈਨੂੰ ਦਿਓ ਜੀ, ਮੈਂ ਜੀ ਮਰ ਗਿਆ ਤੇ ਮੈਂ ਰੁੜ ਗਿਆ। 24 ਘੰਟੇ ਕਈਆਂ ਬੰਦਿਆਂ ਨੇ ਮੰਗਣ 'ਤੇ ਹੀ ਲੱਕ ਬੰਨਿਆ। ਆਕਾ ਫਰਮਾਉਂਦੇ ਨੇ ਜਿਹੜਾ ਬੰਦਾ ਆਪਣੀ ਜ਼ਾਤ ਵਾਸਤੇ ਮੰਗਦਾ ਬੇਜਾ, ਕਿਆਮਤ ਨੂੰ ਅੱਲਾ ਦੀ ਅਦਾਲਤ 'ਚ ਆਏਗਾ ਤੇ ਚਿਹਰੇ ਤੇ ਮਾਸ ਨਹੀਂ ਹੋਏਗਾ, ਹੱਡੀਆਂ ਹੀ ਹੱਡੀਆਂ ਹੋਣਗੀਆਂ। ਤੇ ਕਈਆਂ ਬੰਦਿਆਂ ਦਾ ਮੰਗਣਾ ਪਿੰਨਾ ਜਿਹੜਾ ਉਹ ਕਸਬ ਬਣ ਚੁੱਕਿਆ, ਕਸਬ ਕਾਰੋਬਾਰ ਬਣ ਚੁੱਕਿਆ। ਨਬੀ ਅਲੈਹਿ ਸਲਾਮ ਫਰਮਾਉਂਦੇ ਨੇ ਜਿਹੜਾ ਬੰਦਾ ਬੇਜਾ ਕਿਸੇ ਕੋ ਮੰਗਦਾ ਨਹੀਂ, ਮਜਬੂਰੀ ਹੈ ਔਰ ਚੀਜ਼ ਹੈ, ਹੱਕਦਾਰ ਹੈ ਔਰ ਚੀਜ਼ ਹੈ, ਉਹ ਮੁਸਤਹਿਕ ਹੈ ਔਰ ਚੀਜ਼ ਹੈ। ਇੱਕ ਬੰਦਾ 24 ਘੰਟੇ ਮੰਗਦਾ, ਹਰ ਟਾਈਮ ਮੰਗਦਾ, ਹਰ ਇੱਕ ਕੋਲੋਂ ਮੰਗਦਾ, ਆਕਾ ਫਰਮਾਉਂਦੇ ਨੇ ਕਿਆਮਤ ਦੇ ਦਿਨ ਇਹਦੇ ਚਿਹਰੇ ਤੇ ਮਾਸ ਨਹੀਂ ਹੋਏਗਾ, ਇਹਦਾ ਜਿਹੜਾ ਚਿਹਰਾ ਹੱਡੀਆਂ ਹੀ ਹੱਡੀਆਂ ਹੋਣਗੀਆਂ, ਜਿਸਮ ਤੇ ਮਾਸ ਨਹੀਂ ਹੋਏਗਾ। ਆਕਾ ਫਰਮਾਉਂਦੇ ਨੇ ਜਿਹੜਾ ਬੰਦਾ ਇਸ ਬਾਤ ਦੀ ਜ਼ਮਾਨਤ ਦਿੰਦਾ, ਮੈਂ ਯਕਫੁਰੁ ਲੀ ਅੱਲਾ ਯਸਅਲ ਅਨਾਸ ਸ਼ਈਅਨ ਫਅਤਕਫਲਾ ਲਹੂ ਬਿਲ ਜੰਨਾ ਫਕਾਲ ਸੌਬਾਨ। ਜੱਗਾਂ ਦੇ ਪੀਰ ਦੇ ਸਿਹਾਬੀ ਫਰਮਾਉਂਦੇ ਨੇ ਅਨਾ ਫਕਾਨ ਅਲਾ ਯਸਅਲੁ ਅਹਦਨ ਸ਼ਈਆ, ਜਿਹੜਾ ਸ਼ਖਸ ਇਸ ਬਾਤ ਦੀ ਜ਼ਮਾਨਤ ਦਿੰਦਾ ਉਹ ਕਿਸੇ ਕੋਲੋਂ ਸਵਾਲ ਨਹੀਂ ਕਰਦਾ। ਆਕਾ ਫਰਮਾਉਂਦੇ ਨੇ ਮੈਂ ਇਸ ਬੰਦੇ ਨੂੰ ਜੰਨਤ ਦੀ ਜ਼ਮਾਨਤ ਦੇਣਾ ਵਾ। ਅੱਲਾਹ ਸੁਬਾਨ ਨੇ ਕੀ ਕਿਹਾ ਜੱਗਾਂ ਦੇ ਪੀਰ ਰੱਬ ਦੇ ਹਬੀਬ ਅਲੈਹਿ ਸਲਾਤੁ ਵਸਲਾਮ। ਮਸਲਨ ਇਹ ਵੀ ਹੈ, ਐਵੇਂ ਬੰਦਾ ਲੰਮਾ ਪਿਆ, ਆ ਫੜਾਈ ਯਾਰ ਉਹਨਾਂ ਚੀਜ਼ ਆਪੀ ਵੀ ਫੜ ਸਕਦਾ, ਇਹ ਵੀ ਮੰਗਣਾ ਹੀ ਹੈ, ਐਵੇਂ ਲੰਮਾ ਪਿਆ, ਚੰਗਾ ਭਲਾ ਹੱਟਾ ਘਟਾ, ਆ ਪਾਣੀ ਦੇਈ। ਹਜ਼ਰਤ ਸੁਬਾਨ ਕਹਿੰਦੇ ਨੇ ਘੋੜੇ ਦੇ ਉੱਤੋਂ ਨਾ ਬਾਜ਼ੇ ਵੇਲੇ ਕੋਈ ਚੀਜ਼ ਥੱਲੇ ਡਿੱਗ ਪੈਂਦੀ, ਆਂਦੇ ਨੇ ਜਦੋਂ ਮੈਂ ਹਦੀਸ ਸੁਣੀ ਮੈਂ ਘੋੜੇ ਤੋਂ ਥੱਲੇ ਉੱਤਰ ਕੇ ਆਪਣੀ ਚੀਜ਼ ਖੁਦ ਫੜ ਕੇ ਫਿਰ ਘੋੜੇ 'ਤੇ ਬਹਿੰਦਾ। ਅੱਲਾਹ ਅਕਬਰ ਅੱਲਾਹ। ਇੱਕ ਤਾਂ ਹੁੰਦਾ ਨਾ ਬੇਟਾ ਬੀਵੀ ਹੈ ਉਹਦੇ ਕੋਲ ਚੀਜ਼ ਮੰਗਣਾ, ਹੋਰ ਗੱਲ ਹੈ ਐਵੇਂ ਹੀ ਲੋਕਾਂ ਨੂੰ ਆਰੇ ਲਾਸ਼ਣ ਨਾ ਪਿਆ, ਦੇਣ ਵਾਲੀ ਐਨਕ ਲਿਆ ਕੱਢ ਕੇ ਤੇ ਰਾਤ ਵਾਲੀ ਲਿਆ। ਹਾਂ ਆਈਏ ਜ਼ਰਾ ਗੌਰ ਕੀਜੀਏ, ਜਿਹੜਾ ਬੰਦਾ ਮੰਗਦਾ ਅਬਦੁਰਰਹਿਮਾਨ ਬਿਨ ਆਉਫ ਕਹਿੰਦੇ ਨੇ ਵਲਾ ਯੁਫਤਹੁ ਅਬਦੁਨ ਬਾਬੁਲ ਮਸਅਲਤ ਇਲਾ ਫਤਹ ਅੱਲਾਹੁ ਅਲੈਹੀ ਬਾਬ ਫਕਰਨ।
ਜਿਹੜਾ ਬੰਦਾ ਕੋਈ ਸਵਾਲ ਕਰਦਾ ਬੇਜਾ, ਕਿਆਮਤ ਦੇ ਦਿਨ ਅੱਲਾ ਉਹਦੇ ਤੇ ਫਕਰੋ ਫਾਕੇ ਦਾ ਦਰਵਾਜ਼ਾ ਖੋਲ ਦੇਣਗੇ। ਤੇ ਜਿਹੜਾ ਬੰਦਾ ਮੈਨੂੰ 6 ਚੀਜ਼ਾਂ ਦੀ ਜ਼ਮਾਨਤ ਦਿੰਦਾ, ਉਕਫੁਲ ਲੀ ਵੀ ਸਿੱਤਿਨ ਅਕਫੁਲ ਲਕੁਮੁਲ ਜੰਨਾ, 6 ਚੀਜ਼ਾਂ। ਇਹ ਦੂਜੀ ਹਦੀਸ ਹੈ, ਇਹਦੇ ਅੰਦਰ ਪਹਿਲੀ ਚੀਜ਼ ਕਿਹੜੀ ਹੈ? ਅਸਲਾਤ, ਜਿਹੜਾ ਬੰਦਾ ਨਮਾਜ਼ ਦੀ ਜ਼ਮਾਨਤ ਦਿੰਦਾ ਕਿ ਮੈਂ 5 ਨਮਾਜ਼ਾਂ ਤਕਬੀਰੇ ਉਲਾ ਨਾ ਪੜ੍ਹਨਾ, ਮੈਂ ਮੁਹੰਮਦ ਨੂੰ ਜੰਨਤ ਦੀ ਜ਼ਮਾਨਤ ਦੇਣਾ। ਤੇ ਕਈ ਬੰਦੇ ਆਪਣੀ ਮਰਜ਼ੀ ਦੀ ਨਮਾਜ਼ ਪੜ੍ਹਦੇ ਨੇ, ਜਦੋਂ ਦਿਲ ਕੀਤਾ ਪੜ੍ਹ ਲਈ ਨਹੀਂ। ਵਜ਼ਕਾਤ, ਇਹ ਆਂਦਾ ਮੈਂ ਕਦੀ ਜ਼ਕਾਤ ਵੀ ਨਹੀਂ ਛੱਡੀ, ਜ਼ਕਾਤ ਮੈਂ ਦੇਣਾ ਵਾ। ਵਲ ਅਮਾਨਤ, ਅਮਾਨਤ ਦੀ ਪਾਸਦਾਰੀ ਕਰਨਾ, ਸ਼ਰਮਗਾਹ ਦੀ ਹਿਫਾਜ਼ਤ ਕਰਨਾ। ਵਲ ਬਤਨੋ ਪੇਟ, ਪੇਟ ਦੀ ਜ਼ਮਾਨਤ ਤੋਂ ਕੀ ਮੁਰਾਦ? ਕਦੀ ਇਹਨੇ ਪੇਟ 'ਚ ਹਰਾਮ ਨਹੀਂ ਪਾਇਆ, ਕਹਿੰਦਾ ਮੈਂ ਹਮੇਸ਼ਾ ਹਲਾਲ ਖਵਾਇਆ। ਹਜ਼ਰਤ ਇਮਾਮ ਬੁਖਾਰੀ ਦੇ ਵਾਲਦ ਦੁਨੀਆਂ ਤੋਂ ਗਏ ਨਾ, ਤੇ ਦੁਨੀਆਂ ਤੋਂ ਮਰਨ ਲੱਗੇ, ਆਉਂਦੇ ਨੇ ਅੱਲਾ ਕਿਆਮਤ ਦੇ ਦਿਨ ਮੇਰੇ ਕੋਲ ਹੋਰ ਕੋਈ ਨੇਕੀ ਹੋਏ ਨਾ ਹੋਏ, ਲੇਕਿਨ ਤੇਰੀ ਅਦਾਲਤ 'ਚ ਇਹ ਜ਼ਰੂਰ ਕਹਾਂਗਾ ਮੈਂ ਆਪਣੇ ਬੱਚਿਆਂ ਨੂੰ ਇੱਕ ਲੁਕਮਾ ਵੀ ਹਰਾਮ ਦਾ ਨਹੀਂ ਖਵਾਇਆ। ਇਹ ਛੋਟੀ ਗੱਲ ਹੈ? ਫਰਮਾਇਆ ਵੱਲ ਲਿਸਾਨ ਔਰ ਜ਼ਬਾਨ, 6 ਚੀਜ਼ਾਂ ਇਹ ਨੇ, ਜ਼ਬਾਨ, ਪੇਟ, ਅਮਾਨਤ, ਜ਼ਕਾਤ, ਨਮਾਜ਼। ਜਿਹੜਾ ਬੰਦਾ ਇਹਨਾਂ 6 ਚੀਜ਼ਾਂ ਦੀ ਜ਼ਮਾਨਤ ਦਿੰਦਾ, ਮੈਂ ਮੁਹੰਮਦ ਨੂੰ ਜੰਨਤ ਦੇ ਅੰਦਰ ਮਹਾਲ ਦੀ ਜ਼ਮਾਨਤ ਦੇਣਾ, ਜੰਨਤ ਦਾ ਜ਼ਾਮਨ ਮੈਂ ਮੁਹੰਮਦ ਹਾਂ। ਅੱਲਾਹ ਤਾਲਾ ਅਮਲ ਦੀ ਤੋਫੀਕ ਦੇ। ਵਾਖਿਰੁ ਦਾਵਾਨਾ ਅਨਿਲ